ਸਤਿ ਸ੍ਰੀ ਅਕਾਲ ਦੋਸਤੋ ਮੈਂ ਅਤਰ ਸੇਮ ਸਿੰਘ ਮਠਾਰੂ ਦੇ ਨਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ نیوز ਚੈਨਲ ਦੀਆਂ ਸਵੇਰ ਦੀਆਂ ਤਾਜ਼ਾ ਤਰੀਕ ਖਬਰਾਂ ਗੱਲਬਾਤ ਕਰਾਂਗੇ ਦੇਸ਼ ਅਤੇ ਵਿਦੇਸ਼ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਦੀ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਿੱਕੀ ਜੀ ਨਜ਼ਰ ਮਾਰ ਲੈਣੇ ਆਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਪੰਜਾਬ ਚੋਣਾਂ ਲਈ ਆਪ ਦਾ ਸਸਪੈਂਸ ਖਤਮ ਭਗਵਾਨਤਮਨ ਹੀ ਹੋ ਸਕਦੇ ਨੇ ਸੀਐਮ ਚਿਹਰਾ ਸੀਐਮ ਚੈਨੀ ਸਰਕਾਰ ਦਾ ਚੋਣਾਂ ਤੋਂ ਪਹਿਲਾਂ ਧੂਮਾਕਾ 12000 ਤੋਂ ਵੱਧ ਭਾਰਤੀਆਂ ਲਈ ਇਸ਼ਤਿਹਾਰ ਜਾਰੀ ਕਿਸਾਨ ਆਗੂ ਗਰਨਾਮ ਸਿੰਘ ਚੜੋਨੀ ਵੱਲੋਂ ਨਵੀਂ ਪਾਰਟੀ ਦਾ ਐਲਾਨ ਸੰਯੁਕਤ ਸੰਘਰਸ਼ ਪਾਰਟੀ ਰੱਖਿਆ ਨਾਮ ਔਰਤਾਂ ਲਈ ਤਾਂ ਫਿਰ ਕੇਂਦਰ ਦਾ ਵੱਡਾ ਤੋਹਫਾ ਸਰਕਾਰ ਮੋਅਤ ਦੇਵੇਗੀ 5000 ਰੁਪਏ ਦੀ ਇਹ ਸਹੂਲਤ ਵਾਦੇਸ਼ ਦੀ ਟਿਕ ਟਕ ਰਾ ਚੁੱਕੇ ਪੰਜਾਬੀਆਂ ਨੇ ਝਟਕਾ ਅਮਰਸਾ ਤੋਂ ਇਹ ਉਡਾਣ ਨਾ 31 ਮਾਰਚ ਤੱਕ ਰਾਦਾ ਦਰਬਾਰ ਸਹਿ ਵਿੱਚ ਬੇਅਦਬੀ ਕਰਨ ਵਾਲੇ ਨੂੰ ਕੁੱਟ-ਕੁੱਟ ਮਾਰਿਆ ਅਧੀਪ ਬੱਸ ਕੰਪਨੀ ਦੇ ਮਾਲਕ ਵੱਲੋਂ ਸਰਕਾਰ ਤੇ ਟ੍ਰਾਂਸਪੋਰਟ ਮੰਤਰੀ ਖਿਲਾਫ ਕੇਸ ਦਾਇਰ ਕਰਨ ਦਾ ਐਲਾਨ ਪੰਜਾਬ 'ਚ 5 ਜਨਵਰੀ ਮਗਰੋਂ ਲੱਗੇਗਾ ਚੋਜਾਤਾ ਸੁਰੱਖਿਆ ਬਲਾਂ ਦੀਆਂ 700 ਕਪੜੀਆਂ ਲਾਉਣ ਦੀ ਤਿਆਰੀ ਕਰੋਨਾ ਦਾ ਪ੍ਰਕੋਪ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਓਮਿਕਰੋਨ ਦੀ ਚੇਤਾਵਨੀ ਵਿਚਾਲੇ ਸੋਨਾ ਚਾਹ ਦੀ ਹੋਏ ਮਹਿੰਗੇ ਕੀਮਤਾਂ 62000 ਰੁਪਏ ਤੱਕ ਪਹੁੰਚੀਆਂ ਪੁਰ ਪਲਾਜ਼ਾ ਤੇ ਫਾਸਟ ਟੈਗ ਰਹੀ ਜਨਤਾ ਦੀ ਜੇਬ ਤੇ ਡਾਕਾ 24 ਕਟਾਚ ਆਪਡਾਉ ਤੇ ਹਰ ਵਾਰ ਕੱਟੇ ਜਾਣਗੇ ਪੈਸੇ ਕਿਸਾਨਾਂ ਦੇ ਹੱਕ ਚ ਫੇਰ ਆਏ ਬੱਬੂ ਮਾਨ ਰੱਖੀ ਇਹ ਮੰਗਾ 20 ਦਸੰਬਰ ਨੂੰ ਪੰਜਾਬ ਦੇ ਇਨ ਟ੍ਰੈਕਾਂ ਤੇ ਕਿਸਾਨ ਕਰਨਗੇ ਰੇਲਾਂ ਦਾ ਚੱਕਾ ਜਾਮ ਤਾਂ ਦੋਸਤੋ ਇਸ ਹੀ ਆਪਣੇ ਸਮੇਂ ਦੀਆਂ ਚੌੜੀਆਂ ਖਬਰਾਂ ਹੁਣ ਗੱਲਬਾਤ ਕਰਾਂਗੇ ਜੇ ਇਹਨਾਂ ਖਬਰਾਂ ਦੇ ਵਿਸਤਾਰ ਨਾਲ ਉਸ ਤੋਂ ਪਹਿਲਾਂ ਜਿਨ੍ਹਾਂ ਦੋਸਤਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਦੇ ਸਾਡੇ ਵਰਗੇ ਤੇ ਜੜ ਕੇ ਤੁਹਾਨੂੰ ਉਹ ਵਧੀਆ ਲੱਗਦੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਗੱਲ ਕਰਦੇ ਆ ਇਸ ਸਮੇਂ ਦੀ ਪਹਿਲੀ ਵੱਡੀ ਖਬਰ ਜੀ ਕਿ ਪੰਜਾਬ ਚੋਣਾਂ ਲਈ ਆਪ ਦਾ ਸਸਪੈਂਸ ਖਤਮ ਭਗਵੰਤ ਮਾਨ ਹੀ ਹੋ ਸਕਦੇ ਨੇ ਸੀਐਮ ਚਿਹਰਾ ਪੰਜਾਬ ਚ ਚੋਣ ਜਾਬਤਾ ਲੱਗਣ ਮਗਰੋਂ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨ ਕਰਨ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਮਿਲੀ ਇਸ ਮਹੀਨੇ ਦੇ ਅੰਤ ਵਿੱਚ ਚੋਣ ਜਾਬਤਾ ਲੱਗਣ ਦੇ ਆਸਾਰ ਦੇ ਸੂਤਰਾਂ ਮੁਤਾਬਕ ਭਗਵੰਤ ਮਾਨ ਦੇ ਨਾਂ ਤੇ ਮੋਹਰ ਲੱਗ ਚੁੱਕੀ ਹੈ ਅਤੇ ਜਰੂਰੀ ਦੇ ਪਹਿਲੇ ਹਫਤੇ ਅਰਵਿੰਨ ਕੇਜਰੀਵਾਲ ਇਸ ਦਾ ਐਲਾਨ ਕਰ ਸਕਦੇ ਨੇ ਦੱਸ ਦੇਈਏ ਕਿ ਕੇਜਰੀਵਾਲ ਨੇ ਹਾਲ ਹੀ ਵਿੱਚ ਆਪਣੇ ਪੰਜਾਬ ਦੌਰੇ ਦੌਰਾਨ ਬਿਆਨ ਦਿੱਤਾ ਸੀ ਕਿ ਆਪ ਦੀ ਪੰਜਾਬ ਚ ਸੀਐਮ ਚੇਅਰ ਦੀ ਭਾਲ ਪੂਰੀ ਹੋ ਚੁੱਕੀ ਹੈ ਤੇ ਅਗਲੇ 20 ਦਿਨਾਂ ਵਿੱਚ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ ਸੀਐਮ ਚੰਨੀ ਸਰਕਾਰ ਦਾ ਚੋਣਾਂ ਤੋਂ ਪਹਿਲਾਂ ਤਮਾਕਾ 12000 ਤੋਂ ਵੱਧ ਭਾਰਤੀਆਂ ਲਈ ਇਸ਼ਤਿਹਾਰ ਜਾਰੀ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਤੇ ਚੰਨੀ ਸਰਕਾਰ ਕੋਲ ਲੋਕਾਂ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣ ਦਾ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਵਾਲੀ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਵਿੱਚ ਆਪਣਾ ਚੰਗਾ ਅਕਸ਼ ਬਣਾਉਣ ਵਿੱਚ ਲੱਗੀ ਹੋਈ ਹੈ ਜਿਸ ਦੇ ਚੱਲਦੇ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਨੇ ਇੱਕ ਹੋਰ ਧਮਾਕਾ ਕਰਦੇ ਹੋਏ ਚੰਨੀ ਸਰਕਾਰ ਵੱਲੋਂ ਸਿੱਖਿਆ ਭਾਗ ਵਿੱਚ 12000 ਤੋਂ ਵੱਧ ਭਰਤੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਪੰਜਾਬ ਦੇ ਸਕੂਲ ਸਿੱਖਿਆ ਭਾਗ ਵਿੱਚ ਵੱਖ-ਵੱਖ ਕਾਰਨਾਂ ਦੇ 12772 ਭਰਤੀਆਂ ਕੀਤੀਆਂ ਜਾਣਗੀਆਂ ਇਸ ਦੇ ਨਾਲ ਹੀ ਹੁਣ ਪੰਜਾਬ 'ਚ 20166 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਸ਼ਤਿਹਾਰ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਮਾਸਟਰ ਕਾਡਰ ਦੀਆਂ 4185 ਆਰਟ ਐਂਡ ਕ્રાਫਟ ਦੀਆਂ 250 ਲੈਕਚਰਾਰ ਦੀਆਂ ਕਾਡਰ ਦੀਆਂ 343 ਅਤੇ ਈਟੀਟੀ ਦੀਆਂ 9594 ਅਤੇ ਪੀਟੀਆਈ ਦੀਆਂ 2000 ਅਸਾਮੀਆਂ ਸ਼ਾਮਲ ਨੇ। ਉਹਨਾਂ ਨੇ ਕਿਹਾ ਕਿ ਪਿਛਲੇ 4.5 ਸਾਲਾਂ ਤੱਕ ਸੂਬੇ ਵਿੱਚ 14000 534 अध्यापकਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ ਕਿਸਾਨ ਆਗੂ ਗੁਰਨਾਮ ਸਿੰਘ ਚੜੋਨੀ ਵੱਲੋਂ ਨਵੀਂ ਪਾਰਟੀ ਦਾ ਐਲਾਨ ਸੰਯੁਕਤ ਕਿਸਾਨ ਸੰਯੁਕਤ ਸੰਘਰਸ਼ ਪਾਰਟੀ ਰੱਖਿਆ ਨਾਮ ਆ ਦੇਸ਼ ਵਿੱਚ ਕਿਸਾਨ ਅੰਦੋਲਨ ਖਤਮ ਹੋ ਚੁੱਕੇ ਪਰ ਕਿਸਾਨ ਅੰਦੋਲਨ ਦੀ ਆੜ ਵਿੱਚ ਸਿਆਸਤ ਖੇਡਣ ਦੀ ਚਾਲ ਵੀ ਚੱਲ ਪਈ ਹੈ ਇੱਕ ਸਾਲ ਤੱਕ ਸੜਕਾਂ ਤੇ ਖੜੇ ਹੋ ਕੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਹੁਣ ਸਿਆਸਤ ਵਿੱਚ ਅਗਵਾਈ ਕਰਨਗੇ ਕਿਸਾਨ ਆਗੂ ਗੁਰਨਾਮ ਸਿੰਘ ਚੜੋਨੀ ਨੇ ਸਿਆਸਤ ਵਿੱਚ ਐਂਟਰੀ ਕਰ ਲਈ ਹੈ ਪੰਜਾਬ ਚੋਂ ਲੈ ਕੇ ਕਿਸਾਨ ਚੜੋਨੀ ਨੇ ਕੱਲ ਜੰਨੀਗੜ੍ਹ ਵਿਖੇ ਆਪਣੇ ਸੰਯੁਕਤ ਸੰਘਾਸ਼ ਪਾਰਟੀ ਦਾ ਐਲਾਨ ਕੀਤਾ ਚੜੋਨੀ ਨੇ ਕਿਹਾ ਕਿ ਦੇਸ਼ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਹਨ ਪਰ ਅੱਜ ਬਦਲਾਅ ਦੀ ਲੋੜ ਹੈ ਅੱਜ ਗਰੀਬ ਹੋਰ ਗਰੀਬ ਅਤੇ ਅਮੀਰ ਲਗਾਤਾਰ ਅਮੀਰ ਹੁੰਦਾ ਜਾ ਰਿਹਾ ਹੈ ਕਪੋਸ਼ਨ ਦੀ ਹਾਲਤ ਅਜੇ ਹੀ ਹੈ ਕਿ 2014 ਰਿਪੋਰਟ ਅਨੁਸਾਰ 45% ਭੁੱਖੇ ਸੌਂ ਜਾਂਦੇ ਨੇ ਚੜੋਨੀ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਤੇ ਵਪਾਰੀਆਂ ਨੂੰ ਇਕਜੁੱਟ ਹੋਣਾ ਪਵੇਗਾ ਤੇ ਪੰਜਾਬ ਦਾ ਨੌਜਵਾਨ ਪਰਿਸ਼ਾਰ ਸਾਰੀ ਜਵਾਨੀ ਉਹਨਾਂ ਅੰਗਰੇਜ਼ਾਂ ਕੋਲ ਜਾ ਰਹੀ ਹੈ ਜਿੰਨਾ ਅੰਗਰੇਜ਼ਾਂ ਨੇ ਨੂੰ ਕੱਢਿਆ ਸੀ ਪੰਜਾਬ ਅੰਦਰ ਕੋਈ ਕਾਰੋਬਾਰ ਅਤੇ ਰੁਜ਼ਗਾਰ ਨਹੀਂ ਹੈ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਪੰਜਾਬ ਚ ਹਰ ਵਿਅਕਤੀ ਨੂੰ ਰੁਜ਼ਗਾਰ ਮਿਲੇ ਤੇ ਖੇਤੀ ਵਿੱਚ ਵੱਡੇ ਬਦਲਾਅ ਦੀ ਲੋੜ ਹੈ ਤੇ ਵਿਦੇਸ਼ਾਂ ਵਿੱਚ ਖੇਤੀ ਦੀ ਮੰਗ ਹੋ ਸਕਦੀ ਤੇ ਉਤਪਾਦਨ ਤੋਂ ਲੈ ਕੇ ਖਪਤਕਾਰ ਤੱਕ ਵਪਾਰ ਕਿਸਾਨ ਦੇ ਨਾਲ ਹੋਵੇਗਾ ਅਜਿਹੀ ਖੇਤੀ ਕੀਤੀ ਜਾਵੇ ਕਿ ਜਿਵੇਂ ਵਿਦੇਸ਼ਾਂ ਵਿੱਚ ਮੰਗ ਹੋਵੇ ਔਰਤਾਂ ਨੂੰ ਅੱਜ ਤੋਂ ਕੇਂਦਰ ਦਾ ਵੱਡਾ ਤੋਹਫਾ ਸਰਕਾਰ ਮੁਫਤ ਦੇਵੇਗੀ 5000 ਰੁਪਏ ਦੀ ਇਹ ਸਹੂਲਤ ਕੇਂਦਰ ਦੀ ਮੋਦੀ ਸਰਕਾਰ ਅੱਜ ਤੋਂ ਪਿੰਡਾਂ ਵਿੱਚ ਰਹਿਣ ਵਾਲੀਆਂ ਔਰਤਾਂ ਲਈ ਨਵੀਂ ਸੇਵਾ ਸ਼ੁਰੂ ਕਰ ਰਹੀ ਹੈ ਜਿਸ ਤਹਿਤ ਹੁਣ ਲੋੜ ਪੈਣ ਤੇ ਪਿੰਡੂ ਔਰਤਾਂ 5000 ਰੁਪਏ ਦਾ ਇੰਤਜ਼ਾਮ ਬਿਨਾਂ ਕਿਸੇ ਪਰੇਸ਼ਾਨੀ ਦੇ ਮਿੰਟਾਂ ਵਿੱਚ ਕਰ ਸਕਣਗੀਆਂ ਦੱਸ ਜੇ ਕਿ ਇਹ ਇੱਕ ਓਵਰਡਰਾਫਟ ਸਹੂਲਤ ਹੈ ਜਿਸ ਦਾ ਇਸਤੇਮਾਲ ਹੁਣ ਇਹਨਾਂ ਔਰਤਾਂ ਨੂੰ ਵੱਡੀ ਰਾਹਤ ਦੇਵੇਗਾ ਆਮ ਤੌਰ ਤੇ ਅਜਿਹੀਆਂ ਸਹੂਲਤਾਂ ਵੱਡੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਪਿੰਡਾਂ ਦੀਆਂ ਔਰਤਾਂ ਨੂੰ ਇਹ سہولت ਮਿਲਣ ਨਾਲ ਉਹਨਾਂ ਨੂੰ ਕਿਸੇ ਦੇ ਤਰਲੇ ਨਹੀਂ ਕੱਢਨੇ ਪੈਣਗੇ ਧਿਆਨ ਦਿਓ ਕਿ ਕੇਂਦਰ ਸਰਕਾਰ ਆਜ਼ਾਦੀ ਦਾ ਅੰਮ੍ਰਿਤ ਤਿਹਾੜ ਮਨਾ ਰਹੀ ਇਸ ਬੰਦ ਵਿੱਚ ਨਗੇਂਦਰ ਨਾ ਸਿੰਘ 75 ਗ੍ਰਾਮੀਣ ਵਿਕਾਸ ਵਿਭਾਗ ਪਿੰਡ ਵਿਕਾਸ ਮੰਤਰਾਲੇ ਨੇ 18 ਦਸੰਬਰ 2021 ਨੂੰ ਦੀਨ ਦਿয়াল ਅੰਤੋਦਿਆ ਯੋਜਨਾ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਤਸਦੀਕਸ਼ੁਦਾ ਮਹਿਲਾ ਸਵੈ ਸਹਾਇਤਾ ਲਈ 5000 ਗਰੁੱਪ ਦੇ ਮੈਂਬਰਾਂ ਲਈ ਓਵਰਡਰਾਫਟ ਸਹੂਲਤ ਸ਼ੁਰੂ ਕੀਤੀ ਜਾਵੇਗੀ ਵਦੇਸ਼ ਦੀ ਟਿਕਟ ਕਰਾ ਚੁੱਕੇ ਪੰਜਾਬੀਆਂ ਲਈ ਝਟਕਾ ਅੰਮ੍ਰਿਤਸਰ ਤੋਂ ਇਹ ਉਡਾਨ 31 ਮਾਰਚ ਤੱਕ ਰੱਦ ਆ ਵਦੇਸ਼ ਦੀ ਟਿਕਟ ਕਰਾ ਚੁੱਕੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ ਜੀ ਕਤਰ 에ਅਰਵੇਜ਼ ਦਿਆਂ ਦੋਹਾ ਅੰਮ੍ਰਿਤਸਰ ਉਡਾਨ ਨੂੰ ਰੱਦ ਕਰ ਦਿੱਤਾ ਗਿਆ 18 ਦਸੰਬਰ ਤੋਂ 31 ਮਾਰਚ 2022 ਤੱਕ ਉਡਾਨਾਂ ਦੀ ਬੁਕਿੰਗ ਨੂੰ ਵੀ ਰੱਦ ਕਰ ਦਿੱਤਾ ਗਿਆ ਜਿਸ ਤੇ ਯੂਨੀਵਰਸਿਟੀ ਦੇ ਗਲੋਬਲ ਕਨਵੀਨੀਅੰਸ ਸਮੀਰ ਸਿੰਘ ਗੁਮਟਾਲਾ ਵੱਲੋਂ ਚਿੰਤਾ ਪ੍ਰਗਟਾਈ ਗਈ ਹੈ ਗਮਟਾਲਾ ਨੂੰ ਦੱਸਿਆ ਕਿ ਉਹਨਾਂ ਨੂੰ 18 ਦਸੰਬਰ ਤੋਂ ਬਾਅਦ ਇਹਦੀਆਂ ਉਡਾਨਾਂ ਰੱਦ ਕੀਤੇ ਜਾਂਦੇ ਨੋਟਿਸ ਮਿਲੇ ਨੇ ਉਹਨਾਂ ਨੂੰ 에ਅਰਲਾਈਨ ਵੱਲੋਂ ਦਿੱਲੀ ਰਾਹੀਂ ਉਡਾਣ ਭਰਨ ਜਾਂ ਆਪਣੀ ਟਿਕਟਾਂ ਦੇ ਪੈਸੇ ਵਾਪਸ ਲੈਣ ਦਾ ਵਿਕਲਪ ਦਿੱਤਾ ਗਿਆ ਉਹਨਾਂ ਵੱਲੋਂ ਯਾਤਰੀਆਂ ਨੂੰ ਦੱਸਿਆ ਜਾ ਰਿਹਾ ਕਿ 에ਅਰ ਬੱਬਲ ਦੀਆਂ ਕੁਝ ਸਿਮਾਵਾਂ ਕਾਰਨ 에ਅਰਲਾਈਨ ਅੰਮ੍ਰਿਤਸਰ ਤੋਂ ਆਪਣੀਆਂ ਉਡਾਨਾਂ ਨੂੰ ਮੁਅਤਲ ਕਰ ਰਹੀ ਹੈ ਉਹਨਾਂ ਕਿਹਾ ਕਿ ਪਿਛਲੇ ਸਾਲ ਕੋਵਿਡ ਕਾਰਨ ਭਾਰਤ ਵੱਲੋਂ ਸ਼ੁਰੂ ਕੀਤੇ ਕਦੇ ਕੀਤੇ ਗਏ ਇਹ ਸਤਾਏ ਹਵਾਈ ਸਮਝੌਤੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕਰਨ ਨੁਕਸਾਨ ਪਹੁੰਚਾ ਰਹੇ ਹਨ ਅਤੇ ਇਸ ਖੇਤਰ ਦੇ ਯਾਤਰੀ ਲਈ ਬਹੁਤ ਅਸੁਵਿਧਾ ਪੈਦਾ ਕਰੇ ਸਨ ਜਿਸ ਕਰਕੇ ਇਹ ਉਡਾਨ 31 ਮਈ ਤੱਕ ਰੱਦ ਕੀਤੀਆਂ ਗਈਆਂ ਨੇ ਦਰਬਾਰ ਸਾਹਿਬ ਵਿੱਚ ਬੇਅਦਬੀ ਕਰਨ ਵਾਲੇ ਨੂੰ ਕੁੱਟ-ਕੁੱਟ ਮਾਰਿਆ ਜੀ ਹਾਂ ਦੋਸਤੋ ਦਰਬਾਰ ਸਾਹਿਬ ਵਿਖੇ ਕੱਲ ਮੰਦ ਭਾਗੀ ਘਟਨਾ ਵਾਪਰੀ ਸੱਚ ਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਕ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨੌਜਵਾਨ ਨੇ ਜੰਗਲਾ ਟੱਪ ਕੇ ਕਿਰਪਾਨ ਫੜਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਮੌਜੂਦ ਐਸਜੀਪੀਸੀ ਸੇਵਾਦਾਰ ਸੇਵਾਦਾਰਾ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਨੌਜਵਾਨ ਨੂੰ ਕਾਬੂ ਕਰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਣਕਾਰੀ ਅਨੁਸਾਰ ਨੌਜਵਾਨ ਨੇ ਦਰਬਾਰ ਸਾਹਿਬ ਅੰਦਰ ਦਾਖਲ ਹੋ ਕੇ ਹੰਗਾਮਾ ਕੀਤਾ ਜਿਸ ਮੁਕਰ ਸਜੀਪੀਸੀ ਟਾਸਕ ਫੋਰਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਇਹ ਘਟਨਾ ਕਰੀਬ 6 ਵਜੇ ਦੀ ਹੈ ਜਦੋਂ ਰੈ ਰਸ ਸਾਹਿਬ ਦਾ ਪਾਠ ਚੱਲ ਰਿਹਾ ਸੀ ਦੀਪ ਬੱਸ ਕੰਪਨੀ ਦੇ ਮਾਲਕ ਵੱਲੋਂ ਸਰਕਾਰ ਤੇ ਟਰਾਂਸਪੋਰਟ ਮੰਤਰੀ ਖਿਲਾਫ ਕੇਸ ਦਰਜ ਕਰਨ ਦਾ ਐਲਾਨ ਦੀਪਬਸਾ ਕੰਪਨੀ ਦੇ ਮਾਲਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਕੱਲ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੁਪਰੀਮ ਕੋਰਟ ਤੋਂ ਮੀਡੀਆ ਰਾਹਤ ਤੋਂ ਬਾਅਦ ਉਹਨਾਂ ਦੇ ਆਰਥਿਕ ਅਤੇ ਮਾਨਸਿਕ ਨੁਕਸਾਨ ਕਰਨ ਦੇ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾਵੜਿੰਗ ਖਿਲਾਫ ਅਦਾਲਤੀ ਕਾਰਵਾਈ ਦਾ ਐਲਾਨ ਕਰ ਦਿੱਤਾ ਗਿਆ ਆਰਡੀਐਮਪੀ ਟਲੋੜੇ ਕਿ ਹੈ ਕਿ ਰਾਜਾਵੜਿੰਗ ਨੇ ਜਾਤੀ ਰੰਜਿਸ਼ ਦੀ ਜਰਾਇਨੀਤੀ ਤਹਿਤ ਅਹੁਦੇ ਦੀ ਦੁਰਵਾਰਤ ਕੀਤੀ ਅਤੇ ਉਹਨਾਂ ਦੀਆਂ ਬੱਸਾਂ ਬਿਨਾਂ ਕਿਸੇ ਦੋਸ਼ ਦੇ ਬਾਂਡ ਕੀਤਾ ਗਿਆ ਤੇ ਪਰਮਿਟਰ ਰੱਦ ਕੀਤੇ ਗਏ ਜਿਸ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਨਿਜੀ ਰੰਜਿਸ਼ ਦੀ ਕਾਰਵਾਈ ਕਰਾਰ ਦਿੰਦੇ ਆ ਬਹਾਲ ਕੀਤਾ ਗਿਆ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਨੂੰ ਰੱਦ ਕਰਦਿਆਂ ਰਾਜਾ ਵਿੰਗ ਟ੍ਰਾਂਸਪੋਰਟ ਮੰਤਰੀ ਦੀ ਕਾਰਵਾਈ ਨੂੰ ਨਜੀ ਰੰਜਿਸ਼ ਦੀ ਕਾਰਵਾਈ ਕਰਾ ਦਿੱਤੇ ਪਰਮਿਟ ਬਹਾਲ ਕਰ ਦਿੱਤੇ ਗਏ ਨੇ ਜਿਸ ਤੋਂ ਸਾਬਤ ਹੋ ਗਿਆ ਕਿ ਉਹ ਸਹੀ ਤਰੀਕੇ ਨਾਲ ਆਪਣਾ ਕਾਰੋਬਾਰ ਕਰ ਰਹੇ ਸਨ ਪਰ ਰਾਜਾ ਵਿੰਗ ਨੇ ਨਜੀ ਰੰਜਿਸ਼ ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਸੀ ਉਹਨਾਂ ਨੇ ਕਿਹਾ ਕਿ ਉਹ ਐਸਾ ਕੀਤਾ ਗਿਆ ਨੁਕਸਾਨ ਦੇ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕਰਨਗੇ ਅਤੇ ਕਲੇਮ ਦਾ ਕੇਸ ਵੀ ਕੀਤਾ ਜਾਵੇਗਾ ਉਹਨਾਂ ਨੇ ਦੋਸ਼ ਲਾਇਆ ਕਿ ਆਰਟੀ ਅਮਰਸਰ ਆਛਦੀਪ ਸਿੰਘ ਨੇ ਅਦਾਲਤੀ ਹੁਕਮਾਂ ਦੇ باوجود ਹਾਲੇ ਤੱਕ ਗੱਡੀਆਂ ਨਹੀਂ ਸ਼ਰੀਆਂ ਤੇ 50000 ਰੁਪਏ ਰਿਸ਼ਵਤ ਵੀ ਲਈ ਹੈ ਤੇ 1 ਲੱਖ ਹੋਰ ਦੀ ਮੰਗ ਕੀਤੀ ਹੈ ਜਿਸ ਤੇ ਐਫੀਡੇਟ ਉਹਨਾਂ ਵੱਲੋਂ ਵਿਜੀਲੈਂਸ ਅਤੇ ਪੰਜਾਬ ਸਰਕਾਰ ਨੂੰ ਦਿੱਤੀ ਸ਼ਿਕਾਇਤ ਵਿੱਚ ਲਾਏ ਗਏ ਨੇ ਪੰਜਾਬ ਵਿੱਚ 5 ਜਨਵਰੀ ਮਗਰੋਂ ਲੱਗੇਗਾ ਚੋਣ ਜਾਬਤਾ ਸੁਰੱਖਿਆ ਬਲਾਂ ਦੀਆਂ 700 ਕੰਪਨੀਆਂ ਲਾਉਣ ਦੀ ਤਿਆਰੀ ਪੰਜਾਬ ਵਿੱਚ ਜਲਦੀ ਹੀ ਚੋਣ ਦੀਆਂ ਤਰੀਕਾਂ ਦਾ ਐਲਾਨ ਹੋਣ ਜਾ ਰਿਹਾ ਹੈ ਪੰਜਾਬ ਜਨਵਰੀ ਤੋਂ ਬਾਅਦ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਤੇ ਚੋਣ ਜਾਬਤਾ ਲਾਗੂ ਕਰਨ ਦਾ ਐਲਾਨ ਕਰ ਸਕਦੀ ਹੈ ਮੁੱਖ ਚੋਣ ਕਮਿਸ਼ਨਰ ਨੇ ਉਹਨਾਂ ਦੀ ਟੀਮ ਵੱਲੋਂ ਕੱਲ ਰਾਜ ਦੇ ਡਿਪਟੀ ਕਮਿਸ਼ਨਰਾਂ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਦੂਜੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਚੋਣ ਕਮਿਸ਼ਨ ਨੇ ਪੰਜਾਬ ਚੋਣਾਂ ਲਈ ਕਈ ਵੱਡੇ ਫੈਸਲੇ ਲਏ ਕਮਿਸ਼ਨ ਇਸ ਵਾਰ ਚੋਣਾਂ ਦੌਰਾਨ ਸ਼ਰਾਬ ਨਸ਼ੇ ਤੇ ਪੈਸੇ ਵੰਡਣ ਵਰਗੇ ਮਾਮਲੇ ਸਬੰਧੀ ਕਾਫੀ ਗੰਭੀਰ ਹੈ ਇਸ ਮੰਤਵ ਲਈ ਕਮਿਸ਼ਨ ਕੇਂਦਰ ਸਰਕਾਰ ਦੀਆਂ ਏਜੰਸੀਆਂ ਇਨਫੋਰਸਮੈਂਟ ਡਾਇਰੈਕਟੋਰੇਟ ਇਨਕਮ ਟੈਕਸ ਨਾਰਕੋਟਿਕ ਬਿਊਰੋ ਤੇ ਕੇਂਦਰੀ ਖੋਫੀਆ ਏਜੰਸੀਆਂ ਨੂੰ ਅਹਿਮ ਭੂਮਿਕਾ ਦੇਵੇਗੀ ਕਿਉਂਕਿ ਸੂਬੇ ਦੀ ਪੁਲਸ ਦੇ ਵੱਡੇ ਪੱਧਰ ਤੇ ਸਿਆਸੀਕਰਨ ਦੇ ਦੋਸ਼ ਲੱਗ ਰਹੇ ਹਨ ਤੇ ਸੂਬੇ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਸਾਤਸਾ ਤੋਂ ਵੱਧ ਕੰਪਨੀਆਂ ਦੀ ਮੰਗ ਰੱਖੀ ਗਈ ਹੈ। ਕਰੋਨਾ ਦਾ ਪ੍ਰਕੋਪ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰੋਨਾ ਦੇ ਪ੍ਰਕੋਪ ਕਾਰਨ ਇੱਕ ਵਾਰ ਫਿਰ ਚੰਡੀਗੜ੍ਹ ਵਿੱਚ ਸਕੂਲ ਬੰਦ ਕੀਤੇ ਜਾ ਰਹੇ ਨੇ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ 20 ਦਸੰਬਰ ਤੋਂ 7 ਜਨਵਰੀ ਤੱਕ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਦਾ ਮੁੱਖ ਕਾਰਨ ਹੈ ਕਰੋਨਾ ਦੇ ਮੁੜ ਵਧ ਰਹੇ ਪ੍ਰਕੋਪ ਨੂੰ ਮੰਨਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਸਰਦੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਬਦਲਿਆ ਤੇ ਪਹਿਲਾਂ ਇਹ ਛੁੱਟੀਆਂ 27 ਦਸੰਬਰ ਤੋਂ 5 ਜਨਵਰੀ ਤੱਕ ਹੋਣੀਆਂ ਸਨ ਪਰ ਹੁਣ ਕਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪਹਿਲਾਂ ਹੀ ਛੁੱਟੀਆਂ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ। ਓਮਿਕਰੋਨ ਦੀ ਚਿੰਤਾ ਵਿਚਾਲੇ ਸੋਨਾ ਚਾਂਦੀ ਹੋਏ ਮਹਿੰਗੇ ਕੀਮਤਾਂ 62000 ਰੁਪਏ ਤੱਕ ਪਹੁੰਚੀਆਂ ਇਸ ਹਫਤੇ ਸੋਨੇ ਤੇ ਚਾਂਦੀ ਦੀ ਚੰਗੀ ਚੰਗੀ ਤੇਜ਼ੀ ਦੇਖਣ ਨੂੰ ਮਿਲ ਜਾਈ ਤੇ ਇੰਡੀਅਨ ਇੰਡੀਆ ਬੁਲੀਅਨ ਐਂਡ ਜੁਐਲਰ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ ਇਸ ਹਫਤੇ ਸਰਾਫਾ ਬਾਜ਼ਾਰ ਵਿੱਚ ਸੋਨਾ 642 ਰੁਪਏ ਮਹਿੰਗਾ ਹੋ ਕੇ 48791 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਇਸ ਹਫਤੇ ਦੀ ਸ਼ੁਰੂਆਤ ਯਾਨੀ 13 ਦਸੰਬਰ ਨੂੰ ਇਹ 48000 109 ਰੁਪਏ ਤੇ ਸੀ ਉਤੇ ਹੀ ਚਾਂਦੀ ਚ ਵੀ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ ਤੇ ਇਸ ਦੇ ਨਤੀਜੇ ਵਜੋਂ ਇਹ ਇੱਕ ਵਾਰ ਫਿਰ 62000 ਰੁਪਏ ਦੇ ਨੇੜੇ ਪਹੁੰਚ ਗਈ ਹੈ ਤੇ ਹਫਤੇ ਵਿੱਚ ਹਫਤੇ ਪਹਿਲਾਂ ਇਹ 60941 ਰੁਪਏ ਸੀ ਜੋ ਹੁਣ 61811 ਰੁਪਏ ਹੈ ਯਾਨੀ ਇਸ ਹਫ਼ਤੇ ਇਸ ਦੀ ਕੀਮਤ 870 ਰੁਪਏ ਵਧ ਗਈ ਹੈ ਟੋਲ ਪਲਾਜ਼ੇ ਤੇ ਫਾਸਟੈਗ ਰਾਹੀਂ ਜਨਤਾ ਦੀ ਜੇਬ ਤੇ ਡਾਕਾ 24 ਘੰਟੇ ਚ ਆਪਣਾਉਣ ਤੇ ਹਰ ਵਾਰ ਕੱਟੇ ਜਾਣਗੇ ਪੈਸੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਟੋਲ ਪਲਾਜੇ ਤੇ ਲੋਕਾਂ ਦੀ ਜੇਬਾਂ ਤੇ ਡਾਕਾ ਮਾਰਨ ਦਾ ਪੂਰਾ ਬੰਦੋਬਸਤ ਕਰ ਦਿੱਤਾ ਕਿ ਟੋਲ ਪਲਾਜਾ ਰਹੀਂ ਤੁਹਾਡੀ ਗੱਡੀ ਦਿਨ ਵਿੱਚ ਜਿੰਨੀ ਵਾਰ ਵੀ ਲੰਗੇਗੀ ਓਨੀ ਵਾਰ ਤੁਹਾਡੇ ਖਾਤੇ ਚੋਂ ਪੈਸੇ ਕੱਟੇ ਜਾਣਗੇ ਪਹਿਲੀ ਵਾਰ ਟੋਲ ਪਲਾਜਾ ਪਾਰ ਕਰਦੇ ਹੋਏ ਪੂਰਾ ਟੋਲ ਟੈਕਸ ਕੱਟੇਗਾ ਜਦਕਿ ਵਾਪਸ ਵੇਲੇ ਅੱਧਾ ਹੀ ਟੋਲ ਟੈਕਸ ਕੱਟੇਗਾ ਜੇਕਰ ਉਸੇ ਦਿਨ ਮੋੜਾ ਟੋਲ ਕ੍ਰਾਸ ਕਰਦੇ ਹੋ ਤਾਂ ਤੁਹਾਡੇ ਖਾਤੇ ਚੋਂ ਪੂਰਾ ਟੋਲ ਟੈਕਸ ਲੱਗੇਗਾ ਜਦਕਿ ਪਹਿਲਾਂ ਅਪਡਾਉਂ ਦੇ ਪਾਛੀ ਤੇ 24 ਘਟਲੇ ਟੋਲ ਮੁਫਤ ਹੋ ਜਾਂਦਾ ਸੀ ਫਾਸਟੈਗ ਲੱਗਣ ਤੋਂ ਬਾਅਦ ਅਪਡਾਉਂ ਦਾ ਸਿਸਟਮ ਖਤਮ ਹੋ ਗਿਆ ਤੇ ਹੁਣ ਹਰ ਵਾਰ ਟੋਲ ਪਾਰਕਿੰਗ ਤੇ ਪੈਸੇ ਘਟਦੇ ਰਹਿਣਗੇ ਕਿਸਾਨਾਂ ਦੇ ਹੱਕ ਵਿੱਚ ਫਿਰ ਆਏ ਬਬੂਮਾਨ ਰੱਖੀ ਇਹ ਮੰਗਾ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਨੇ ਉਹ ਕਿਸੇ ਨਾ ਕਿਸੇ ਮੁੱਦੇ ਤੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਦੇ ਰਹਿੰਦੇ ਨੇ ਤਾਂ ਬੱਬੂ ਮਾਨ ਨੇ ਇੱਕ ਵਾਰ ਫਿਰ ਕਿਸਾਨ ਦੇ ਹੱਕ ਵਿੱਚ ਪੋਸਟ ਪਾਈ ਹੈ ਬੱਬੂ ਮਾਨ ਨੇ ਆਪਣੀ ਇਸ ਇੰਸਟਾਗ੍ਰam ਪੋਸਟ ਚ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਬੱਬੂ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜਦੋਂ ਵੀ ਨੇਤਾ ਪਿੰਡ ਵਿੱਚ ਆਉਂਦਾ ਤੁਸੀਂ ਵੀ ਕਿਹਾ ਕਰੋ ਬੰਦੀ ਸਿੰਘਾਂ ਜੋ ਬੰਦੀ ਸਿੰਘ ਜੋ ਜੇਲਾ ਵਿੱਚ ਬੰਦ ਨੇ ਉਹਨਾਂ ਨੂੰ ਰਿਹਾ ਕਰੋ ਤੁਸੀਂ ਤਾਂ ਵਾਰੀ-ਵਾਰੀ ਸਰਕਾਰ ਬਣਾ ਲਈ ਉਹਨਾਂ ਦਾ ਕੀ ਜਿੰਨਾਂ ਦੀ ਜਵਾਨੀ ਖਾ ਲਈ ਹੈ ਬੱਬੂਮਾਨ ਕਿਸਾਨ ਆंदोलਨਦਾਰਾਂ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਿੰਘਾਂ ਦੀ ਰਿਹਾਈ ਲਈ ਗੱਲ ਕਰ ਰਹੇ ਨੇ ਬੱਬੂਮਾਨ ਦੀ ਇਹ ਪੋਸਟ ਕਿਸਾਨਾਂ ਦੇ ਪ੍ਰਤੀ ਉਹਨਾਂ ਦੇ ਫਿਕਰ ਨੂੰ ਦਰਸਾਉਂਦੀ ਹੈ ਵੀਰ ਸਭਾ ਨੇ ਪੰਜਾਬ ਦੇ ਇਹਨਾਂ ਟਰੈਕਾਂ ਉੱਤੇ ਕਿਸਾਨ ਕਰਨਗੇ ਰੇਲਾਂ ਦਾ ਚੱਕਾ ਜਾਮ ਅੱਜ ਦੀ ਲਾਸਟ ਖਬਰਾਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰ ਸਕੱਤਰ ਸਰਵਣ ਸਿੰਘ ਪੰਦੇੜ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਅੱਜ ਜਿਲ੍ਹਾ ਅੰਮ੍ਰਿਤਸਰ ਦੇ ਪੰਜ ਜੋਂ ਜਡੇਆਲਾ ਗੁਰੂ ਜੋਂ ਬਾਬਾ ਨੋ ਬਾਬਾ ਨੋਦ ਸਿੰਘ ਜੀ ਅਜਨਾਲਾ ਗੁਰੂ ਕਾ ਬਾਗ ਤੇ ਜੋਂ ਗੱਗੋ ਮਹਾਲ ਦੇ ਸੈਕੜੇ ਪਿੰਡਾਂ ਦੀ ਕਨਵੈਨਸ਼ਨ ਕੀਤੀ ਗਈ ਇਸ ਮਕੇ ਸੰਬੋਧਨ ਕਰਦੇ ਆਗੂਆਂ ਨੇ 20 ਦਸੰਬਰ ਤੋਂ ਪੰਜਾਬ ਭਰ ਵਿੱਚ ਸ਼ੁਰੂ ਹੋ ਰਹੇ ਰੇਲ ਰੋਕ ਅੰਦੋਲਨ ਦੇ ਪੁਆਇੰਟ ਦਾ ਐਲਾਨ ਕੀਤਾ ਜਿਸ ਵਿੱਚ ਮਾਝੇ ਦੇ ਦੇਵੀदासਪੁਰਾ ਅੰਮ੍ਰਿਤਸਰ ਤੋਂ ਦਿੱਲੀ ਰੇਲ ਟ੍ਰੈਕ ਤਰਨਤਾਰਨ ਰੇਲਵੇ ਸਟੇਸ਼ਨ ਮਾਲਵੇ ਵਿੱਚ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਦੁਆਬੇ ਵਿੱਚ ਦਸੂਹਾ ਜੰਮੂ ਤੋਂ ਜਲੰਧਰ ਮੇਨ ਟ੍ਰੈਕ ਹੁਸ਼ਿਆਰਪੁਰ ਆਦਿ ਥਾਵਾਂ ਤੇ ਮੋਰਚਾ ਸ਼ੁਰੂ ਕੀਤਾ ਜਾਵੇਗਾ ਕਿਸਾਨ ਆਗੂ ਲਖਵਿੰਦਰ ਸਿੰਘ ਵਰਿਆਮ ਸਕੱਤਰ ਸਿੰਘ ਕੋਟਲਾ ਗੁਰਲਾਲ ਸਿੰਘ ਮਾਨ ਨੇ ਕਿ ਪੰਜਾਬ ਸਰਕਾਰ ਆਪਣੇ ਕੀਤੇ ਬਾ ਚੋਣਵਾਦੇ ਪੂਰੇ ਕਰੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਤੋਂ ਪੱਜ ਰਹੀ ਹੈ ਜਿਸ ਦੇ ਤਹਿਤ ਜੋਨਾਂ ਦੀਆਂ ਵੱਡੀਆਂ ਕਨਵੈਨਸ਼ਨਾਂ ਕਰਵਾ ਕੇ ਕਿਸਾਨ ਮਜ਼ਦੂਰਾਂ ਦੀ ਲਾਂਭਤ ਦੀ ਕੀਤੀ ਜਾ ਰਹੀ ਹੈ ਤਾਂ ਦੋਸਤੋ ਇਸੇ ਗਿ ਆਪਣੀਆਂ ਅੱਜ ਦੀਆਂ ਦਿਨ ਭਰ ਦੀਆਂ ਤਾਜ਼ਾ ਵੱਡੀਆਂ ਖਬਰਾਂ ਸਾਡੇ ਦੁਆਰਾ ਦਿੱਤੀ ਜਾਣਕਾਰੀ ਦੋਸਤੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਨਾਲ ਹੀ ਆਪਣੇ ਵਿਚਾਰ ਜਰੂਰ ਸਾਡੇ ਨਾਲ ਸਾਂਝੇ ਕਰਿਆ ਕਰੋ ਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਅਗਲੇ ਦਿਨੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੋਂਦ ਲਈ ਆਈ ਨੇ ਧੰਨਵਾਦ ਸਤਿ ਸ਼੍ਰੀ ਅਕਾਲ